ਦੇਸ਼ ਵਿਦੇਸ਼ ਦੀ ਧਰਤੀ ਤੇ ਦੇਨ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਆਸਾ ਕੀ ਵਾਰ ਜਿਸ ਦੀ 14 ਨੰਬਰ ਪੌੜੀ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤੰਦ ਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਪਾਵਨ ਪੌੜੀ ਦੇ ਅੰਦਰ ਜੋ ਬਖਸ਼ਿਸ਼ ਕਰ ਰਹੇ ਆ ਇਹ ਸੋਹਣਾ ਸਰੀਰ ਤੇ ਸੋਹਣਾ ਰੂਪ ਕੱਪੜ ਰੂਪ ਸੁਹਾਵਣਾ ਇਸ ਜਗਤ ਵਿੱਚ ਜੀਵਾਂ ਨੇ ਛੱਡ ਕੇ ਤੁਰ ਜਾਣਾ ਕੱਪੜ ਰੂਪ ਕਿਉਂਕਿ ਇੱਕ ਕੱਪੜਾ ਜਿਹੜਾ ਅਸੀਂ ਤਨ ਦੇ ਉੱਤੇ ਪਾਇਆ ਹੈ ਸਰੀਰ ਦੇ ਉੱਤੇ ਧਾਰਨ ਕੀਤਾ ਹੈ ਇਹ ਸਾਡੇ ਸਰੀਰ ਨੇ ਧਾਰਨ ਕੀਤਾ ਹੈ ਅਸੀਂ ਸਰੀਰ ਉੱਤੇ ਵਸਤਰ ਪਹਿਨਦੇ ਇੱਕ ਕੱਪੜਾ ਹੈ ਜੋ ਆਤਮਾ ਨੇ ਧਾਰਨ ਕੀਤਾ ਹੈ ਉਹੇ ਸਰੀਰ ਸਰੀਰ ਨੂੰ ਵੀ ਇੱਕ ਚੋਲਾ ਆਖਿਆ। ਔਰ ਕਹਿੰਦੇ ਇਹ ਆਤਮਾ ਨੇ ਕੁਝ ਦੇਰ ਲਈ ਧਾਰਨ ਕੀਤਾ ਜਿੰਨਾ ਸਮਾਂ ਉਸ ਮਾਲਕ ਨੇ ਇਹਦਾ ਸੰਯੋਗ ਲਿਖਿਆ। ਤੇ ਜਿੱਦਣ ਉਹਦਾ ਹੁਕਮ ਹੋਣਾ ਇਹ ਜਿਹੜਾ ਚੋਲਾ ਹੈ ਆਤਮਾ ਨੇ ਲਾ ਕੇ ਸੁੱਟ ਜਾਣਾ ਔਰ ਕਿਸ ਤਰ੍ਹਾਂ ਲਾ ਦੇਣਾ ਉਦਾਹਰਣ ਬੜੀ ਪਿਆਰੀ ਹੈ ਬਾਬੇ ਕਬੀਰ ਨੇ ਦਿੱਤੀ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿਤੇ ਤੁਹਾਨੂੰ ਬਾਹਰ ਜੰਗਲ ਦੇ ਵਿੱਚ ਜਾਂ ਹੋਰ ਝਾੜੀਆਂ ਇਤਿਆਦ ਕਿਹੋ ਜੀਆਂ ਥਾਵਾਂ ਤੇ ਸੱਪ ਦੀ ਕੁੰਜ ਜਿਹੜੀ ਹੈ ਉਹ ਪਈ ਹੋਈ ਮਿਲੀ ਹੋਏਗੀ ਦੇਖੀ ਹੋਏਗੀ ਆਪ ਜੀ ਨੇ ਉਹ ਕਈ ਲੋਕ ਉਹਨੂੰ ਪਕੜ ਕੇ ਤੇ ਇਸ ਤਰ੍ਹਾਂ ਘੋੜ ਕੇ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਤੇ ਵੀ ਕਸਾਉਂਦੇ ਆ ਬਈ ਇਹਦੇ ਵਿੱਚ ਉਹ ਅਸਰ ਹੁੰਦਾ ਜੀ ਦੇ ਨਾਲ ਨਿਗਾਹ ਦੇ ਉੱਤੇ ਅ ਨਿਗਾ ਜਿਹੜੀ ਤੇਜ ਹੁੰਦੀ ਇਸ ਤਰ੍ਹਾਂ ਦੀ ਵਿਚਾਰ ਜੋ ਰੱਖੀ ਜਾਂਦੀ ਆ ਵੈਦਾਂ ਹਕੀਮਾਂ ਵੱਲੋਂ ਤਾਂ ਉਹ ਸੱਪ ਦੀ ਜਿਹੜੀ ਕੁੰਝ ਉਹਨੂੰ ਕੁੰਝ ਆਖਦੇ ਆ ਉਹ ਕੁਦਰਤ ਕਾਇਨਾਤ ਨੇ ਉਹ ਮਨੁੱਖ ਨੂੰ ਇੱਕ ਬਸਤਰ ਹੀ ਦਿੱਤਾ ਉਹ ਜਦੋਂ ਵੱਡੇ ਉਹਦੇ ਥੱਲੇੋਂ ਕਿਉਂਕਿ ਵੱਡਿਆਂ ਦੇ ਉਹਦੇ ਕੋ ਪੈਰ ਤਾਂ ਲੱਗੇ ਨਹੀਂ ਸੱਪ ਦੇ ਵੱਡੇ ਹੁੰਦੇ ਆ ਛੋਟੇ ਛੋਟੇ ਟੱਕ ਜੇ ਬਣੇ ਵਟ ਜੇ ਬਣੇ ਹੁੰਦੇ ਉਹ ਕੁੰਜ ਵਿੱਚ ਜੇ ਤੁਸੀਂ ਕੁੰਜ ਵੇਖੀ ਹੋਵੇ ਤਾਂ ਤਾਂ ਉਹਨਾਂ ਦੀ ਗ੍ਰਿਪ ਨਾਲ ਉਹ ਅੱਗੇ ਵੱਧਦਾ ਹੈ ਚੱਲਦਾ ਹੈ ਦੌੜਦਾ ਹੈ ਉਹ ਫਿਰ ਜਦੋਂ ਕੱਸ ਜਾਂਦੇ ਆ ਉਹਦੀ ਚਾਲ ਵੀ ਮੱਠੀ ਪੈਂਦੀ ਉਹਦੇ ਵਿੱਚ ਫਰਕ ਪੈਂਦਾ ਤੇ ਕੁਦਰਤ ਏਡੀ ਬਿਆਨਤ ਆ ਜਦੋਂ ਉਹ ਕੁੰਜ ਪੁਰਾਣੀ ਹੁੰਦੀ ਤੇ ਪਰਮੇਸ਼ਰ ਦੀ ਖੇਡ ਹੈ ਫਿਰ ਉਸ ਕੁੰਜ ਨੂੰ ਲਾ ਦਿੰਦਾ ਇੱਕ ਨਵੀਂ ਕੁੰਜ ਉਹਦੇ ਉੱਤੇ ਹੋਰ ਆ ਜਾਂਦੀ ਆ ਤੇ ਪੁਰਾਣੀ ਨੂੰ ਫਿਰ ਕਿਸੇ ਉਹ ਜ਼ਿਆਦਾਤਰ ਤੁਹਾਨੂੰ ਝਾੜੀਆਂ ਕੰਡਿਆਲੀਆਂ ਥਾਂਵਾਂ ਤੇ ਮਿਲੋ ਉਹਦੇ ਵਿੱਚ ਦੀ ਜਦੋਂ ਲੰਘਦਾ ਫਿਰ ਉਹਦੇ ਨਾਲੇ ਅੜਦੀ ਐ ਤੇ ਫਿਰ ਉਹ ਵਿੱਚੋਂ ਹੌਲੀ-ਹੌਲੀ ਨਿਕਲੀ ਜਾਂਦਾ ਤੇ ਕੁੰਜ ਜਿਹੜੀ ਲਹਿ ਜਾਂਦੀ ਕੁੰਜ ਉੱਥੇ ਪਈ ਰਹਿ ਜਾਂਦੀ ਸੱਪਾਂ ਗਾਂ ਲੰਘ ਜਾਂਦੇ ਤੇ ਬਾਬੇ ਕਬੀਰ ਨੇ ਉਦਾਹਰਣ ਦਿੱਤੀ ਕਹਿੰਦੇ ਆਤਮਾ ਨੇ ਵੀ ਇੱਕ ਦਿਨ ਇਸ ਸਰੀਰ ਨੂੰ ਇਸ ਤਰ੍ਹਾਂ ਲਾ ਕੇ ਸੁੱਟ ਜਾਣਾ ਜਿਵੇਂ ਸੱਪ ਕੁੰਜ ਨੂੰ ਲਾ ਕੇ ਚਲਾ ਜਾਂਦਾ ਇਹ ਪਿਆ ਰਹਿ ਜਾ ਜਿਵੇਂ ਕੁੰਜ ਪਈ ਰਹਿ ਜਾਂਦੀ ਤੇ ਜੀਵਾਤਮਾ ਕਿੱਥੇ ਉਹ ਬਚਣਾ ਪੜਦੇ ਆ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਲ ਤਜ ਜਾਹੋਗੇ ਜਿਉ ਕਾਂਚੂਰੀ ਭਯੰਗ ਕਾਂਚੂਰੀ ਕਹਿੰਦੇ ਕੁੰਜ ਨੂੰ ਭਯੰਗ ਦਾ ਅਰਥ ਆ ਸੱਪ ਕਹਿੰਦੇ ਜੇ ਸਰੀਰ ਬੜਾ ਸੋਹਣਾ ਐ ਵਧੀਆ ਸੁੰਦਰ ਆ ਤੇ ਮਾਣ ਨਾ ਕਰ ਕਿਉਂਕਿ ਇਹ ਅੱਜ ਕੱਲ ਦੇ ਵਿੱਚ ਹੀ ਇਹ ਸਰੀਰ ਇਸ ਤਰ੍ਹਾਂ ਛੱਡ ਜਾਣਾ ਜਿਵੇਂ ਸੱਪ ਕੁੰਜ ਨੂੰ ਲਾ ਕੇ ਪਾਸੇ ਹੋ ਜਾਂਦਾ ਇਸੇ ਤਰ੍ਹਾਂ ਆਤਮਾ ਨੇ ਇਹਦੇ ਵਿੱਚੋਂ ਨਿਕਲ ਕੇ ਪਾਸੇ ਹੋ ਜਾਣਾ ਤਾਂ ਕਰਕੇ ਮਹਾਰਾਜ ਨੇ ਇੱਥੇ ਫਿਰ ਇਹਨੂੰ ਕੱਪੜਾ ਵੀ ਆਖਿਆ ਬਾਬਾ ਫਰੀਦ ਕਹਿੰਦੇ ਉਹ ਕਹਿੰਦੇ ਜੇ ਕੱਪੜੇ ਨੂੰ ਤਾਂ ਸਟਿਚ ਕਰਾਇਆ ਨਾ ਸਟਿਚਿੰਗ ਹੋਈ ਆ ਤਾਂ ਕਈ ਥਾਵਾਂ ਤੇ ਟੋਪੇ ਲੱਗੇ ਆ ਧਾਗਾ ਹੈ ਲੱਗਾ ਉਹਦੇ ਨਾਲ ਜੁੜਿਆ ਪਰ ਇਹ ਜਿੰਦ ਹੈ ਜਿਹੜੀ ਇਹ ਸਰੀਰ ਸਰੀਰ ਜਿਹੜਾ ਹੈ ਉਹ ਆਤਮਾ ਤੇ ਸਰੀਰ ਵਿੱਚ ਇੱਕ ਵੀ ਇਹੋ ਜਿਹਾ ਟਾਂਕਾ ਸਟਿਚ ਨਹੀਂ ਜਿਹਦੇ ਨਾਲ ਇਹਨੂੰ ਗੰਢਿਆ ਹੋਵੇ ਪਤਾ ਨਹੀਂ ਕਿਹੜੇ ਵੇਲੇ ਲੈ ਕੇ ਡੇਗ ਪੈਣੀ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸ਼ਾਇਕ ਸ਼ੇਖ ਕਹਿੰਦੇ ਪਤਾ ਨਹੀਂ ਇਹ ਸਰੀਰ ਨੇ ਕਦੋਂ ਲੈ ਕੇ ਆਤਮਾ ਤੋਂ ਡੇਗ ਪੈਣਾ ਕੋਈ ਪਤਾ ਨਹੀਂ ਤਾਂ ਕਰਕੇ ਸੱਭ ਨੇ ਇੱਥੇ ਜਿਹੜਾ ਬਚਨ ਵਰਤਿਆ ਆ ਕੱਪੜ ਰੂਪ ਸੁਹਾਵਣਾ ਬੜਾ ਸੁੰਦਰ ਸੋਹਣਾ ਕੱਪੜਾ ਸਰੀਰ ਦਾ ਛੱਡ ਦੁਨੀਆ ਅੰਦਰ ਜਾਵਣਾ ਕਹਿੰਦੇ ਇੱਥੇ ਜਿਹੜਾ ਐਸੇ ਜਗਤ ਵਿੱਚ ਜੀਵਨ ਨੇ ਛੱਡ ਕੇ ਤੁਰ ਜਾਣਾ ਇੱਥੋਂ ਹੀ ਮਿਲਿਆ ਸੀ ਆਤਮ ਨੇ ਇੱਥੋਂ ਹੀ ਪੰਜਾਂ ਤਤਾਂ ਦਾ ਮਿਲਿਆ ਤਾਂ ਉਤਾਰਨ ਕਰ ਲਿਆ ਫਿਰ ਅਗਲਾ ਬਚਨ ਕਹਿੰਦੇ ਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪੋ ਆਪਣੇ ਕੀਤੇ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ ਕਿਸੇ ਦੂਜੇ ਨੇ ਨਹੀਂ ਸਾਡੀ ਥਾਂ ਤੇ ਭੋਗਣਾ ਜੋ ਵੀ ਅਸੀਂ ਕਰਮ ਕਰ ਰਹੇ ਇੱਥੇ ਕਰਮ ਕਰਕੇ ਜੋ ਇਕੱਠਾ ਕਰ ਰਹੇ ਉਹਨੂੰ ਤਾਂ ਸ਼ੇਅਰ ਕਰਨ ਵਾਲੇ ਬਹੁਤ ਆ ਉਹ ਚੋ ਹਿੱਸਾ ਵੰਡਾਉਣ ਵਾਲੇ ਬਹੁਤ ਆ ਤੁਸੀਂ ਕੋਈ ਜ਼ਮੀਨ ਜਾਇਦਾਦ ਬਣਾਈ ਆ ਉਹ ਜ਼ਮੀਨ ਜਾਇਦਾਦ ਜੇ ਤੁਹਾਡੇ ਅੱਗੋਂ ਦੋ ਤਿੰਨ ਧੀਆਂ ਪੁੱਤਰ ਆ ਜਾਂ ਭੈਣ ਭਰਾ ਉਹ ਚ ਤਕਸੀਮ ਹੋ ਜਾਏਗੀ ਸਿਦਾਰਥ ਬਥੇਰੇ ਪਰ ਉਹ ਜ਼ਮੀਨ ਜਾਇਦਾਦ ਜੇ ਤੇ ਕਮਾਈ ਕਰਕੇ ਬਣਾਈ ਤੇ ਉਸ ਚੀਜ਼ ਨੂੰ ਤਾਂ ਸ਼ਾਬਾਸ਼ ਆ ਫਿਰ ਤਾਂ ਬਹੁਤ ਵਧੀਆ ਗੱਲ ਹੋਰ ਬਣਾਉਣਾ ਹੈ ਮਨੁੱਖ ਨੇ ਕਮਾਈ ਕਰਕੇ ਸੋਹਣੇ ਢੰਗ ਨਾਲ ਸਿੱਧੇ ਤਰੀਕੇ ਨਾਲ ਲੇਕਨ ਜੇ ਉਹ ਲੋਕਾਂ ਦਾ ਹੱਕ ਮਾਰ ਕੇ ਠੱਗੀ ਕਰਕੇ ਨਜਾਇਜ਼ ਕਰਕੇ ਬਣਾਇਆ ਤਾਂ ਫਿਰ ਚੇਤਾ ਰੱਖਿਓ ਜਿਹੜੇ ਕਰਮ ਕੀਤੇ ਬਣਾਉਣ ਲਈ ਗਲਤ ਉਹਨਾਂ ਦਾ ਫਲ ਕੱਲਿਆਂ ਨੂੰ ਭੁਗਤਣਾ ਪੈਣਾ ਚੰਗਾ ਕੀਤਾ ਤੇ ਚੰਗੇ ਦਾ ਫਲ ਵੀ ਤੁਹਾਨੂੰ ਮਿਲਣਾ ਉਹਨੂੰ ਵੀ ਕਮੰਡਾ ਨਹੀਂ ਸਕਦਾ ਤਾਂ ਕਰਕੇ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾ ਪੀੜੇ ਅੱਗੇ ਜਾਵਣਾ ਕਿੰਦੇ ਮਨ ਭੌਂਦੇ ਪਾਵ ਜਿਸ ਮਨੁੱਖ ਨੇ ਮਨ ਮੰਨੀਆਂ ਹੁਕਮਤਾਂ ਕੀਤੀਆਂ ਉਸ ਨੂੰ ਅਗਾ ਔਖੀਆਂ ਘਾਟੀਆਂ ਵਿੱਚੋਂ ਲੰਘਣਾ ਪਵੇਗਾ ਵੀ ਦੂਸਰਿਆਂ ਨਾਲ ਕੀਤੀਆਂ ਵਿਧੀਕੀਆਂ ਦੇ ਕਸ਼ਟ ਸਹਣੇ ਪੈਣਗੇ ਕਈ ਵਰੀ ਕੋਈ ਬੰਦਾ ਮਨ ਭੌਂਦੇ ਹੁਕਮ ਕਰਦਾ ਨਾ ਇਸ ਤਰ੍ਹਾਂ ਕਰ ਦਿਉਂਦਾ ਜੀ ਰੱਬ ਤੋਂ ਡਰੂਆਂ ਦਾ ਮੈਂ ਕਹਿ ਦਿੱਤਾ ਕਰੋ ਬਹੁਤ ਵਾਰ ਗੁਰੂ ਘਰ ਦੇ ਵਿੱਚ ਵੀ ਕਈ ਕਈ ਵਰੀਆਂ ਆਪਾਂ ਵੇਖਦੇ ਬੰਦਾ ਹੁਕਮ ਜੋ ਆਂਦਾ ਗੁਰੂ ਸਾਹਿਬ ਜੀ ਇਸ ਤਰ੍ਹਾਂ ਕਹਿੰਦਾ ਗੁਰੂ ਸਾਹਿਬ ਛੱਡੋ ਜੋ ਮੈਂ ਕਿਨਾ ਕਰਉ ਕਰਦੇ ਲੋਕ ਤਾਂ ਇਹ ਜਿਹੜੀਆਂ ਮਨ ਮਰਨੀਆਂ ਜਿਹੜੀਆਂ ਬਾਤਾਂ ਮਣਾਉਣੀਆਂ ਤੱਕੇ ਨਾਲ ਮਾਤ ਮਾਲਕ ਦੀ ਮਾਤ ਉਲਟ ਜਾ ਕੇ ਸਾਹਿਬ ਕਹਿੰਦੇ ਦਾ ਅਜਾਬ ਸਹਿਣਾ ਪੈਣਾ ਇਹਦਾ ਖਮਿਆਜਾ ਭੁਗਤਣਾ ਪੈਣਾ ਹੈ ਔਰ ਅੱਗੇ ਰਾਹ ਬੜਾ ਭੀੜਾ ਹੈ ਤੇ ਭੀੜੇ ਦਾ ਪਾਵਿਆ ਵੀ ਜਿਵੇਂ ਆਪਾਂ ਕਹਿੰਦੇ ਨਾ ਕਈ ਵਾਰੀ ਕੋਈ ਬੜੀ ਬਰੀਕ ਇਸ ਤਰੀਕੇ ਦੀ ਇੰਟਰਵਿਊ ਕਹਿੰਦੇ ਜੀ ਇਹ ਤਾਂ ਬੰਦਾ ਸੂਈ ਦੇ ਨੱਕੇ ਚੋਂ ਲੰਗਾ ਦਿੰਦੇ ਆ ਕਹਿੰਦੇ ਉੱਥੇ ਵੀ ਉਹ ਮਾਰਗ ਇਹੋ ਜਿਹਾ ਜਿੱਥੇ ਭੋਰਾ ਵੀ ਇਹੋ ਜੀ ਚੀਜ਼ ਨਹੀਂ ਚੱਲੇਗੀ ਨੰਗਾ ਦੁਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਹਿੰਦੇ ਫਿਰ ਇਹੋ ਜਿਹਾ ਜੀਵ ਨੰਗਾ ਪਾਪਕਿਓ ਸਮਾਲਕ ਦੇ ਘਰ ਦਰ ਵਿੱਚ ਜਦੋਂ ਜਾਂਦਾ ਨਾ ਤਾਂ ਉਹਦੇ ਕੀਤੇ ਕਰਮਾਂ ਦਾ ਪਾਪਾਂ ਦਾ ਨਕਸ਼ਾ ਬਿਲਕੁਲ ਸਾਹਮਣੇ ਦੁਜਕ ਵਿੱਚ ਧੱਕਿਆ ਜਾਂਦਾ ਹੈ ਤੇ ਉਸ ਵੇਲੇ ਬੜਾ ਡਰਾਉਣਾ ਰੂਪ ਦਿਸਦਾ ਇਹਨੂੰ ਭੇੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਨੰਗਾ ਦੋਜਕ ਚਾਲਿਆ ਨੰਗਾ ਦਾ ਭਾਵ ਇੱਕ ਤੇ ਸਰੀਰ ਕਰਕੇ ਆਪਾਂ ਵੀ ਇਹਦੇ ਵੀ ਕੱਪੜੇ ਤੇ ਇੱਕ ਨੰਗਾ ਦਾ ਅਰਥ ਹੁੰਦਾ ਆ ਇੱਥੇ ਜਿਹੜਾ ਭਾਵ ਆ ਬਈ ਜਿੱਥੇ ਕੋਈ ਪੜਦਾ ਨਹੀਂ ਰਹਿ ਜਾਣਾ ਫਿਰ ਇੱਥੇ ਤੇ ਬਹੁਤ ਸਾਰੇ ਇਹੋ ਜਿਹੇ ਕੰਮ ਕੀਤੇ ਤੇਲ ਸੰਸਾਰ ਦੇ ਲੋਕਾਂ ਤੋਂ ਪੜਦਾ ਰੱਖਿਆ ਲੇਕਿਨ ਉਸ ਮਾਲਕ ਦੇ ਘਰ ਦੇ ਵਿੱਚ ਪੜਦਾ ਨਹੀਂ ਰਹਿਣਾ ਦਰਗਾ ਵਿਚ ਹਾਂ ਗੁਰੂ ਕੀ ਜਸ ਦਾ ਪਰਦਾ ਟੱਕੇ ਲੇਕਿਨ ਜਿਨੇ ਇੱਥੇ ਮੰਦੇ ਕਰਮ ਕਰਕੇ ਚਤੁਰਾਈਆਂ ਕੀਤੀਆਂ ਤੇ ਆਖਿਓ ਸਮਾਲਕ ਦੇ ਘਰ ਦਰ ਵੀ ਮੈਂ ਬਖਸ਼ਿਆ ਜਾਵਾਂ ਸਹਿਬ ਕਹਿੰਦੇ ਉਹਦੇ ਘਰ ਦਰ ਵਿੱਚ ਨਹੀਂ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਹਿੰਦੇ ਫਿਰ ਉੱਥੇ ਜਦੋਂ ਕੀਤੇ ਕਰਮ ਕਬੀਰ ਜੇ ਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਾਂ ਪੁੱਛੇ ਧਰਮ ਰਾਏ ਉੱਥੇ ਤਾਂ ਇੱਕ ਇੱਕ ਕਰਮ ਜਿਹੜਾ ਸਾਹਮਣੇ ਆ ਗਿਆ ਜਦੋਂ ਸ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਪੁੱਛਿਆ ਗਿਆ ਤਾਂ ਸਭ ਕੁਝ ਨਸ਼ਰ ਹੋ ਗਿਆ ਕੋਈ ਪਰਦਾ ਨਹੀਂ ਕੋਈ ਟੱਕਣ ਵਾਲਾ ਨਹੀਂ ਕੋਈ ਝੂਠੀ ਗਵਾਹੀ ਪੜਨ ਵਾਲਾ ਨਹੀਂ ਇੱਥੇ ਤਾਂ ਬਹੁਤ ਕੁਝ ਬੰਦਾ ਕਰਦਾ ਧਰਤੀ ਤੇ ਝੂਠੇ ਗਵਾਹ ਖੜੇ ਕਰਕੇ ਭੁਗਤਾ ਦਿੰਦਾ ਹੈ ਆਪਣੇ ਆਪ ਨੂੰ ਸੱਚਾ ਸਾਬਤ ਕਰਦਾ ਬੜਾ ਕੁਝ ਕਰਦਾ ਲੇਕਿਨ ਉਸ ਮਾਲਕ ਦੇ ਘਰ ਦਰ ਵਿੱਚ ਇਹੋ ਜੀ ਚੀਜ਼ ਨਹੀਂ ਉੱਥੇ ਤਾਂ ਸੱਚ ਨੇ ਹੀ ਨਿਬੜਨਾ ਉਥੇ ਸੱਚੇ ਹੀ ਸੱਚ ਨਿਭੜਾ ਚਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋ ਕਾਲੇ ਦੋਜਕ ਚਾਲਿਆ ਉਥੇ ਤਾਂ ਹੀ ਵਿਚਾਰ ਹੋਏਗੀ ਤਾਂ ਕਰਕੇ ਕਹਿੰਦੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਹਿੰਦੇ ਉਥੇ ਫਿਰ ਇਹਨੂੰ ਆਪਣੇ ਰੂਪ ਇਹਨਾਂ ਡਰਾਉਣਾ ਲੱਗਦਾ ਆਪਣੇ ਕੀਤੇ ਕਰਮੇ ਨੂੰ ਡਰਾਉਂਦੇ ਵੀ ਹੁਣ ਮੇਰੇ ਨਾਲ ਕੀ ਹੋਏਗਾ ਮੇਰੇ ਨਾਲ ਕਿਹੋ ਜਿਹਾ ਵਿਹਾਰ ਹੋਏਗਾ ਮੇਰਾ ਕੀ ਬਣੇਗਾ ਕਹਿੰਦੇ ਉਥੇ ਆਪਣੇ ਕੀਤੇ ਕਰਮਾਂ ਦੇ ਵਿੱਚ ਇਸ ਪ੍ਰਕਾਰ ਇਸ ਢੰਗ ਦੇ ਨਾਲ ਫਸਦਾ ਫਿਰ ਮਹਾਰਾਜ ਕਿੰਦੇ ਕਰ ਔਗਣ ਪਛੋਤਾਵਣਾ ਭੇੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ ਕਰ ਔਗਣ ਔਗਣ ਕਰਕੇ ਅਖੀਰ ਕਹਿੰਦੇ ਤੈਨੂੰ ਪਛਤਾਵਾ ਹੋਏਗਾ ਔਗਣ ਕਰਕੇ ਕਦੇ ਵੀ ਕੋਈ ਮਨੁੱਖ ਜਿਹੜਾ ਹੈ ਉਹ ਸੁਖੀ ਨਹੀਂ ਹੋਇਆ ਔਗਣਾਂ ਦਾ ਅਖੀਰ ਜਿਹੜਾ ਰਿਜ਼ਲਟ ਆ ਉਹ ਦੁੱਖ ਦੇਣ ਵਾਲਾ ਹੀ ਹੈ ਪਰੇਸ਼ਾਨ ਕਰਨ ਵਾਲਾ ਹੈ ਪੀੜਾ ਦੇਣ ਵਾਲਾ ਹੈ ਤਾਂ ਸਹਿਬ ਕਹਿੰਦੇ ਕਰ ਔਗਣ ਪਛੋ ਤਾਵਣਾ ਇਹੋ ਜੇ ਔਗਣ ਨਾ ਕਰ ਜਿਨ੍ਹਾਂ ਨੂੰ ਕਰਕੇ ਫਿਰ ਤੈਨੂੰ ਪਛਤਾਵਾ ਹੋਵੇ ਤੈਨੂੰ ਦੁੱਖ ਸਹਾਰਨਾ ਪਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀਤੇ ਦਿਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਜਿਸ ਦੀ 12 ਨੰਬਰ ਪੌੜੀ ਨਾਲ ਆਇਆ ਹੋਇਆ ਦੂਸਰਾ ਸ਼ਲੋਕ ਜੋ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੈ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਝਨ ਦੇਉ ਸਤਿਗੁਰੂ ਧੰਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਪ੍ਰਾਤਨ ਸਮੇਂ ਦੇ ਅੰਦਰ ਜਦੋਂ ਵਰਨਵੰਡ ਦੀ ਗੱਲ ਕੀਤੀ ਗਈ ਤਾਂ ਉਸ ਵਰਨਵੰਡ ਦੇ ਵਿੱਚ ਉਨਾ ਵਰਨਾ ਦੇ ਕੰਮ ਵੀ ਵੰਡੇ ਗਏ ਜਿਹਦੇ ਵਿੱਚ ਇੱਥੇ ਮਹਾਰਾਜ ਨੇ ਯੋਗ ਤੋਂ ਬਾਤ ਸ਼ੁਰੂ ਕੀਤੀ ਹੈ ਤਾਂ ਉਹਦੇ ਨਾਲ ਨਾਲ ਬ੍ਰਾਹਮਣ ਖੱਤਰੀ ਸੂਦਰ ਤੇ ਵੈਸ਼ ਇਹ ਚਾਰ ਵਰਨ ਜਿਹੜੇ ਮੰਨੇ ਗਏ ਯੋਗ ਕਿਉਂਕਿ ਇੱਕ ਵੱਖਰਾ ਮੱਤ ਮੰਨਿਆ ਗਿਆ ਉਹਦੀ ਵੀ ਨਾਲ ਮਹਾਰਾਜ ਨੇ ਪੰਜਵਾਂ ਉਹਦੀ ਬਾਤ ਕੀਤੀ ਤਾਂ ਜਿਹੜੇ ਚਾਰ ਵਰਨਾਂ ਦੀ ਜਦੋਂ ਬਾਤ ਆਉਂਦੀ ਸੀ ਤਾਂ ਉਹਨਾਂ ਚਾਰ ਵਰਨਾਂ ਦੇ ਕੰਮਾਂ ਨੂੰ ਵੀ ਤਕਸੀਮ ਕੀਤਾ ਗਿਆ। ਔਰ ਦੱਸਿਆ ਗਿਆ ਵੀ ਕਿਹੜਾ ਵਰਨ ਜਿਹੜਾ ਉਹ ਕਿਹੜਾ ਕੰਮ ਕਰੇਗਾ। ਔਰ ਇਹ ਚੀਜ਼ ਇਸ ਤਰ੍ਹਾਂ ਦੀ ਪੱਕੀ ਕਰ ਦਿੱਤੀ ਗਈ ਸੀ ਕਿ ਜੇ ਕੋਈ ਸ਼ੂਦਰ ਦਾ ਪੁੱਤ ਹੈ ਤੇ ਜੇ ਉਹ ਮੋਚੀ ਹੈ ਤੇ ਉਹਦੇ ਪੁੱਤਰ ਵੀ ਅੱਗੋਂ ਮੋਚੀ ਬਣੇਗਾ ਔਰ ਕੋਈ ਕੰਮ ਨਹੀਂ ਕਰ ਸਕਦਾ। ਇਹ ਪਾਬੰਦੀ ਲਗਾਈ ਗਈ ਸੀ ਜੇ ਉਹਦਾ ਪਿਤਾ ਲੋਕਾਂ ਦਾ ਮਲਮੁੱਤਰ ਗੰਦਗੀ ਸੁੱਟਦਾ ਰਿਹਾ ਤੇ ਉਹਦੇ ਪੁੱਤ ਨੂੰ ਵੀ ਇਹੋ ਕੰਮ ਹੀ ਕਰਨਾ ਪੈਣਾ ਭਾਵੇਂ ਕਿੰਨਾ ਵੀ ਲਾਇਕ ਕਿਉਂ ਨਾ ਹੋਵੇ ਇਹ ਉਹਨਾਂ ਵਰਣਵੰਡ ਵਾਲਿਆਂ ਦੀ ਵਿਚਾਰ ਉਹਨਾਂ ਗ੍ਰੰਥਾਂ ਦੇ ਅੰਦਰ ਜੋ ਲਿਖੀ ਗਈ ਵੀ ਇਹੋ ਹੀ ਕੰਮ ਕਰਨਾ ਲੇਕਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਸਤਗੁਰੂ ਕਹਿੰਦੇ ਆ ਕਿ ਜਾਤੀ ਅਨੁਸਾਰ ਵਰਣ ਅਨੁਸਾਰ ਧਰਮ ਅਨੁਸਾਰ ਕਿਸੇ ਨੂੰ ਇਹ ਨਹੀਂ ਹੈ ਕਿ ਉਹਦਾ ਪਿਤਾ ਜਿਹੜਾ ਹੈ ਕੰਮ ਕਰਦਾ ਸੀ ਤਾਂ ਉਹਦਾ ਧੀ ਪੁੱਤ ਵੀ ਉਹੀ ਕਰੇ ਉਹ ਹੋਰ ਨਹੀਂ ਕੁਝ ਕਰ ਸਕਦਾ ਜਿਵੇਂ ਆਮ ਕਰਕੇ ਆਪਾਂ ਪੁਰਾਣਾ ਸੁਣਦੇ ਆ ਰਹੇ ਹੁਣ ਇਹ ਕਲਵਿਆ ਜਿੰਨੇ ਤੀਰ ਅੰਦਾਜ਼ੀ ਜਦੋਂ ਸਿੱਖੀ ਹੈ ਤਾਂ ਉਹ ਨਿਸ਼ਾਨਾ ਐਡਾ ਵਧੀਆ ਲਾਉਣ ਲੱਗ ਪਿਆ ਐਡਾ ਅੱਛਾ ਨਿਸ਼ਾਨਾ ਲਾਉਣ ਲੱਗ ਪਿਆ ਲਿਕਣੋ ਛਤਰੀਆਂ ਵਿੱਚੋਂ ਨਹੀਂ ਸੀ ਉਹ ਕਿਸੇ ਰਾਜੇ ਦਾ ਪੁੱਤਰ ਨਹੀਂ ਸੀ ਹੁਣ ਜਦੋਂ ਉਹਦਾ ਨਿਸ਼ਾਨੇ ਦੀ ਸਾਰੇ ਪਾਸੇ ਚਰਚਾ ਹੋਣ ਲੱਗੀ ਤਾਂ ਉਥੇ ਜੋ ਅਰਜਣ ਹੈ ਜਿਹਦੀ ਗੱਲ ਕੀਤੀ ਗਈ ਵੀ ਇਹ ਤੀਰਅੰਦਾਜ਼ ਹੈ ਉਹ ਕਹਿੰਦੇ ਵੀ ਇਹ ਤਾਂ ਫਿਰੇ ਦੇ ਤੋਂ ਵੀ ਅੱਗੇ ਨਿਕਲ ਜਾਏਗਾ ਵੀ ਇਹ ਤਾਂ ਇਹ ਕਲਵਿਆ ਦੇ ਮੁਕਾਬਲ ਤਾਂ ਤਾਂ ਅਰਜਣ ਵੀ ਨਹੀਂ ਹੈ ਤਾਂ ਹੁਣ ਕੀਤਾ ਕੀ ਜਾਏ ਤਾਂtheta ਦਰਉਣਾ ਚਾਰੀਆ ਭਾਵੇਂ ਇਤਨਾ ਵੱਡਾ ਗੁਰੂ ਹੈ ਉਹਨੇ ਇਹ ਕਲਵਿਆ ਤੋਂ ਗੁਰੂ ਦਕਸ਼ਣਾ ਦੇ ਵਿੱਚ ਉਹਦਾ ਅੰਗੂਠਾ ਹੀ ਮੰਗ ਲਿਆ ਵੀ ਅੰਗੂਠਾ ਦੇ ਦੇ ਮੈਨੂੰ ਹੁਣ ਜਦੋਂ ਅੰਗੂਠਾ ਮੰਗਿਆ ਤੇ ਅੱਗੋਂ ਉਹਦਾ ਧਰਮ ਵੇਖੋ ਨੇ ਇੱਕ ਸ਼ਿਸ਼ ਦਾ ਇੱਕ ਵਿਦਿਆਰਥੀ ਦਾ ਧਰਮ ਨਿਭਾਇਆ ਤੇ ਆਪਣੇ ਗੁਰੂ ਪ੍ਰਤੀ ਇਹੋ ਜੀ ਸ਼ਰਧਾ ਰੱਖੀ ਅੰਗੂਠਾ ਵੱਢ ਕੇ ਦੇ ਦਿੱਤਾ ਉਹਨੂੰ ਪਤਾ ਸੀ ਅੰਗੂਠੇ ਨਾਲ ਤੀਰ ਚਲਾਉਣਾ ਅੰਗੂਠਾ ਨਹੀਂ ਹੋਏਗਾ ਚਲਾ ਨਹੀਂ ਪਾਏਗਾ ਤੋ ਇਸ ਤਰ੍ਹਾਂ ਨਾ ਲੋਕਾਂ ਨੂੰ ਦਬਾ ਕੇ ਐਸਾ ਕੁਝ ਕਰਨ ਦਾ ਯਤਨ ਕੀਤਾ ਜਾਂਦਾ ਸੀ ਕੋਈ ਸ਼ੁੱਧਰ ਭਗਤੀ ਨਹੀਂ ਕਰ ਸਕਦਾ ਕੋਈ ਧਾਰਮਿਕ ਗ੍ਰੰਥ ਪੜ੍ਹ ਨਹੀਂ ਸਕਦਾ ਸੁਣ ਨਹੀਂ ਸਕਦਾ ਇਹ ਪਾਬੰਦੀ ਛਤਰੀਓ ਦਾ ਕੰਮ ਲੜਨਾ ਹੈ ਬ੍ਰਾਹਮਣ ਦੇ ਸਾਹਮਣੇ ਕਿਸੇ ਦੀ ਧੀ ਦੀ ਇੱਜ਼ਤ ਲੁੱਟ ਲਈ ਜਾਏ ਕਿਸੇ ਨਾਲ ਕੁਝ ੱਤਕਾ ਹੋ ਜਾਏ ਉਹ ਆਂਦਾ ਨਹੀਂ ਮੇਰਾ ਕੰਮ ਨਹੀਂ ਹੈ ਲੜਨਾ ਮੇਰੇ ਭਾਵੇਂ ਕੁਝ ਹੋਈ ਜਾਏ ਮੇਰੇ ਤੋਂ ਤਾਂ ਬਸ ਮੰਤਰ ਸੁਣ ਲਓ ਜਾਂ ਮੈਂ ਸੁਣਾ ਦਿਆਂਗਾ ਗਿਆਨ ਲੈ ਲਓ ਮੇਰੇ ਸਾਹਮਣੇ ਕੀ ਕੁਝ ਕੋਈ ਕਰ ਰਿਹਾ ਲੜਨਾ ਮੇਰਾ ਕੰਮ ਨਹੀਂ ਹੈ ਤੇ ਵੈਸ਼ ਦਾ ਉਹ ਆਂਦਾ ਮੇਰਾ ਕੰਮ ਕੇਵਲ ਵਪਾਰ ਕਰਨਾ ਹੈ ਅਨ ਧਨ ਪੈਦਾ ਕਰਨਾ ਹੈ ਮੈਨੂੰ ਧਰਮ ਨਾਲ ਵੀ ਕੋਈ ਮਤਲਬ ਨਹੀਂ ਵੇਦਾਂ ਚ ਕੀ ਲਿਖਿਆ ਮੰਤਰਾਂ ਚ ਕੀ ਲਿਖਿਆ ਰੱਬ ਕੀ ਹੈ ਨਾ ਮੈਨੂੰ ਲੜਨ ਨਾਲ ਮਤਲਬ ਹੈ ਕੋਈ ਦੇਸ਼ ਤੇ ਚੜ੍ਹਾਈ ਕਰ ਰਿਹਾ ਮੈਨੂੰ ਕੋਈ ਮਤਲਬ ਨਹੀਂ ਛਤਰੀ ਦਾ ਕੰਮ ਹੈ ਜਾ ਕੇ ਲੜੇ ਮੈਂ ਥੋੜੀ ਲੜਨਾ ਇਸੇ ਤਰ੍ਹਾਂ ਸ਼ੂਦਰ ਉਹ ਕਹਿੰਦਾ ਸੀ ਮੇਰਾ ਕੰਮ ਤਾਂ ਗੰਦਗੀ ਢੋਣੀ ਹੈ ਮੈਨੂੰ ਕੀ ਲੱਗੇ ਲਿਕਨ ਮਾਲਕ ਨੇ ਬੜੀ ਵੱਡੀ ਕਿਰਪਾ ਕੀਤੀ ਸਭ ਨਾਲੋਂ ਪਹਿਲਾਂ ਤਾਂ ਸਤਿਗੁਰੂ ਦਾਤੇ ਨੇ ਬਖਸ਼ਿਸ਼ ਕੀਤੀ ਕਿ ਸਿੱਖ ਦੇ ਅੰਦਰ ਚਾਰੇ ਚੀਜ਼ਾਂ ਪੈਦਾ ਕੀਤੀਆਂ ਮਰਜ਼ ਕੇੰਦੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਮਾਲਕ ਦੀ ਬਾਣੀ ਪੜਦਾ ਗੁਰੂ ਗੁਰੂ ਜਪਦਾ ਹੈ ਗੁਰੂ ਦੇ ਸ਼ਬਦ ਨਾਲ ਜੁੜਦਾ ਵਿਦਿਆ ਪੜਦਾ ਤਾਂ ਬ੍ਰਾਹਮਣ ਹੈ ਜੇ ਕਿਤੇ ਸਮਾਂ ਪੈਂਦਾ ਹੈ ਤੇ ਉਹੋ ਹੀ ਬੰਦਾ ਜਿਹੜਾ ਸਵੇਰੇ ਪੋਥੀ ਸਾਹਿਬ ਲੈ ਕੇ ਗੁਟਕਾ ਸਾਹਿਬ ਲੈ ਕੇ ਬਾਣੀ ਪੜ ਰਿਹਾ ਜਦੋਂ ਉਹਨੂੰ ਲੱਗਦਾ ਕਿਸੇ ਉੱਤੇ ਧਾਵਾ ਬੋਲਿਆ ਜਾ ਰਿਹਾ ਕਿਸੇ ਧੀ ਪੈਣ ਦੀ ਤਸਮਤ ਲੁੱਟੀ ਜਾ ਰਹੀ ਤਾਂ ਉਹ ਖੱਤਰੀ ਬਣ ਕੇ ਹੱਥ ਵਿੱਚ ਤਲਵਾਰ ਲੈ ਕੇ ਖੜਾ ਹੋ ਜਾਂਦਾ ਔਰ ਕਿਤੇ ਉਹ ਹਲ ਵਾਹੁੰਦਾ ਹੈ ਦੁਕਾਨਦਾਰੀ ਕਰਦਾ ਤਾਂ ਵੈਸ਼ ਵਾਲੇ ਕੰਮ ਕਰ ਰਿਹਾ ਜਿੰਨੂੰ ਸਭ ਨਾਲੋਂ ਨੀਵਾਂ ਕੰਮ ਸਮਝਿਆ ਜਾਂਦਾ ਸੀ ਕਿ ਸ਼ੂਦਰ ਗੰਦਗੀ ਚੁੱਕਣੀ ਗਿਲਾਨੀ ਦਾ ਕੰਮ ਸਤਗੁਰੂ ਦਾਤੇ ਨੇ ਉਹਨੂੰ ਸੇਵਾ ਦਾ ਨਾਮ ਦਿੱਤਾ ਕਿ ਭਾਂਡੇ ਮਾਂਜਣੇ ਜੋੜੇ ਝਾੜਨੇ ਝਾੜੂ ਫੇਰਨਾ ਇਹ ਜਿੰਨਾ ਕੁਝ ਹੈ ਇਹ ਤਾਂ ਭਾਈ ਭਾਗਾਵਾਲਿਆਂ ਨੂੰ ਸੇਵਾ ਮਿਲਦੀ ਇਸੇ ਕਰਕੇ ਅੱਜ ਜਿਹਨੂੰ शूद्र ਕਰਮ ਆਖਿਆ ਜਾਂਦਾ ਸੀ ਉਹਨੂੰ ਸੇਵਾ ਦਾ ਨਾਮ ਦੇ ਕੇ ਮਹਾਰਾਜ ਨੇ ਗੁਰੂ ਘਰ ਵਿੱਚ ਇਹਨਾਂ ਉੱਚਾ ਕਰ ਦਿੱਤਾ ਕਿ ਅੱਜ ਗੁਰਦੁਆਰਾ ਸਾਹਿਬ ਕੋਈ ਝਾੜੂ ਫੇਰ ਰਿਹਾ ਹੋਵੇ ਤੇ ਆਪਾਂ ਨੂੰ ਗਿਲਾਨੀ ਦੀ ਨਜ਼ਰ ਨਾਲ ਨਹੀਂ ਵੇਖਦੇ ਇੱਜ਼ਤ ਨਾਲ ਵੇਖਦੇ ਆਂ ਵੀ ਭਾਗਾਵਾਲਾ ਜੀ ਸੇਵਾ ਕਰ ਰਿਹਾ ਹੈ ਬੜਾ ਕਰਮਾ ਵਾਲਾ ਉਹਦੇ ਪੈਰ ਛੂੰਨ ਦਿਲ ਕਰਦਾ ਕੋ ਭਾਂਡੇ ਮਾਂਜ ਰਿਹਾ ਹੋਵੇ ਸਾਡੀ ਉਹਦੇ ਵੱਲ ਵੇਖ ਕੇ ਸ਼ਰਧਾ ਪੈਦਾ ਹੁੰਦੀ ਸਕੋ ਕੋਈ ਉੱਥੇ ਜੋੜੇ ਪਾਲਿਸ਼ ਕਰ ਰਿਹਾ ਹੋਵੇ ਜੋੜੇ ਘਰ ਵਿੱਚ ਸੇਵਾ ਮੰਗ ਮੰਗ ਕੇ ਬੰਦਾ ਲੈ ਰਿਹਾ ਹੈ ਕਿਉਂ ਕਿਉਂਕਿ ਮਹਾਰਾਜ ਨੇ ਸੇਵਾ ਨੂੰ ਇੰਨਾ ਉੱਚਾ ਚੁੱਕ ਦਿੱਤਾ ਜਿਹਨੂੰ ਵਰਣਵੰਡ ਵਾਲੇ ਕਹਿੰਦੇ ਸਨ ਕਿ ਸਭ ਨਾਲੋਂ ਨੀਵਾਂ ਕੰਮ ਹੈ ਅਜੋਸੇ ਸੇਵਾ ਨੂੰ ਕਰਕੇ ਬੰਦਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਇਹ ਮਾਲਕ ਨੇ ਐਸੀ ਬਖਸ਼ਿਸ਼ ਕੀਤੀ ਹੈ ਤਾਂ ਕਰਕੇ ਇੱਥੇ ਮਹਾਰਾਜ ਉਪਦੇਸ਼ ਵੀ ਸਾਰਿਆਂ ਨੂੰ ਸਾਂਝਾ ਦਿੰਦੇ ਕਿਉਂਕਿ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਇੱਥੇ ਵਚਨ ਜਿਹੜਾ ਵਰਤ ਰਿਹਾ ਜੋਗ ਸ਼ਬਦੰਗ ਸ਼ਬਦੰਗ ਦਾ ਅਰਥ ਹੈ ਗੁਰੂ ਦਾ ਵਚਨ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਜਿਹੜਾ ਹੈ ਉਹ ਜੀਵ ਦਾ ਧਰਮ ਹੈ ਯੋਗ ਸ਼ਬਦੰਗ ਪਾਪ ਕੇ ਯੋਗ ਦਾ ਧਰਮ ਕੀ ਸ਼ਬਦੰਗ ਦਾ ਅਰਥ ਆ ਧਰਮ ਹੋ ਗਿਆ ਇੱਥੇ ਯੋਗ ਦਾ ਧਰਮ ਹੈ ਗਿਆਨ ਸ਼ਬਦੰਗ ਪਾਪ ਕੇ ਗਿਆਨ ਪ੍ਰਾਪਤ ਕਰਨਾ ਬ੍ਰਹਮ ਦੀ ਵਿਚਾਰ ਕਰਨਾ ਯੋਗ ਯੋਗ ਦਾ ਅਰਥ ਜੁੜਨਾ ਵੀ ਹੈ ਹੁਣ ਅੱਗੇ ਕਹਿੰਦੇ ਆ ਬੇਦ ਸ਼ਬਦੰਗ ਬ੍ਰਾਹਮਣ ਹੈ ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ ਜੋ ਵਰਨਵੰਡ ਕਹਿੰਦੀ ਹੈ ਉਹ ਇਹ ਹੈ ਕਿ ਉਹ ਵਿਦਿਆ ਪੜ੍ਹਨੀ ਆਪ ਉਹਨੇ ਤੇ ਪੜਾਉਣੀ ਆ ਦਾਨ ਕਰਨਾ ਤੇ ਕਰਾਉਣਾ ਹੈ ਜਗ ਕਰਨਾ ਤੇ ਕਰਾਉਣਾ ਹੈ ਉਹ ਇਹ ਛੇ ਕਰਮ ਕਰਦਾ ਕਹਿੰਦੇ ਉਹ ਗਿਆਨ ਪ੍ਰਾਪਤ ਕਰਨਾ ਇਹ ਬ੍ਰਹਮ ਦੀ ਵਿਚਾਰ ਕਰਨਾ ਇਹ ਬ੍ਰਾਹਮਣ ਦਾ ਕਰਮ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਰ ਦਾ ਸੂਰ ਇਥੇ ਸ਼ਬਦ ਜਿਹੜਾ ਸ਼ੂਦਰ ਵਾਸਤੇ ਆਇਆ ਕਹਿੰਦੇ ਉਹਦੇ ਤੋਂ ਬਾਅਦ ਖੱਤਰੀਆਂ ਦਾ ਧਰਮ ਸੂਰਮਿਆਂ ਵਾਲਾ ਕੰਮ ਕਰਨਾ ਵੀ ਜੰਗ ਜੁੱਧ ਵਿੱਚ ਜਾ ਕੇ ਲੜਨਾ ਮੈਦਾਨੇ ਜੰਗ ਵਿੱਚ ਲੋੜ ਪੈਣੀ ਤੇ ਜਾ ਕੇ ਇਹ ਉਹਦਾ ਕਰਮ ਗਿਣਿਆ ਗਿਆ ਸੂਰ ਸ਼ਬਦੰਗ ਸੂਰ ਇੱਥੇ ਸ਼ਬਦ ਛੂਦਰ ਵਾਸਤੇ ਵਰਤਿਆ ਦੂਜਿਆਂ ਦੀ ਸੇਵਾ ਕਰਨੀ ਸ਼ਬਦੰਗ ਪਰਾਕਰਤ ਪਰਾ ਦਾ ਮਤਲਬ ਪਰਾਈ ਦੂਸਰਿਆਂ ਦੀ ਕਿਰਤ ਕੰਮ ਦੂਸਰਿਆਂ ਦੇ ਕੰਮ ਕਰਨੇ ਵੀ ਲੋਕਾਂ ਦੇ ਘਰ ਸਾਫ ਸਫਾਈ ਇਹ ਕੰਮ ਛੂਦਰ ਦਾ ਗਿਣਿਆ ਜਾਂਦਾ ਸੀ ਮਹਾਰਾਜ ਇਹ ਸਾਰਾ ਕੁਝ ਗਿਣ ਕੇ ਕਹਿੰਦੇ ਆ ਪਰ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਪ੍ਰਭੂ ਦਾ ਸਿਮਰਨ ਕਰੀਏ ਉੱਥੇ ਤਾਂ ਵੰਡਿਆ ਗਿਆ ਪਰਮਹਾਰਜ ਕਹਿੰਦੇ ਸਰਬ ਸ਼ਬਦੰਗ ਸਾਰਿਆਂ ਦਾ ਧਰਮ ਇਹ ਹੈ ਇਕ ਸ਼ਬਦੰਗ ਜੇ ਕੋ ਜਾਣੇ ਪਿਓ ਇੱਕ ਸ਼ਬਦ ਇੱਕ ਪ੍ਰਭੂ ਦਾ ਸਿਮਰਨ ਕਰਨਾ ਮਹਾਰਾਜ ਕਹਿੰਦੇ ਥੇ ਨਹੀਂ ਵੀ ਕੋਨੇ ਕਰਨਾ ਕਹਿੰਦੇ ਬ੍ਰਾਹਮਣ ਵੀ ਕਰੇ ਛਤਰੀ ਵੀ ਕਰੇ ਵੈਸ਼ ਵੀ ਕਰੇ ਜੋਗੀ ਵੀ ਕਰੇ ਸ਼ੂਦਰ ਵੀ ਕਰੇ ਸਭ ਕਰਨ ਇਹ ਸਾਰਿਆਂ ਦਾ ਧਰਮ ਹੈ ਉਹਨੇ ਆਖਿਆ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਨਾਨਕ ਉਸ ਦਾ ਦਾਸ ਹੈ ਉਹ ਮਨੁੱਖ ਪ੍ਰਭੂ ਦਾ ਰੂਪ ਮਹਾਰਾਜ ਕਹਿੰਦੇ ਨਾਨਕ ਤਾਕਾ ਦਾਸ ਹੈ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੇ ਪਿਓ ਜਿਸ ਭੇਦ ਨੂੰ ਕੋ ਜਾਣ ਲੈ ਕੇ ਸਭ ਦਾ ਇੱਕ ਸਾਂਝਾ ਧਰਮ ਹੈ ਉਹ ਹੈ ਪਰਮੇਸ਼ਰ ਦੀ ਭਗਤੀ ਕਰਨੀ ਔਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੇ ਕੋਈ ਇਸ ਬਾਤ ਨੂੰ ਬੁੱਝ ਲੈਂਦਾ ਹੈ ਕਹਿੰਦੇ ਮੈਂ ਉਸ ਦਾ ਦਾਸ ਹਾਂ ਮੈਂ ਉਹਦਾ ਸੇਵਕ ਹਾਂ ਕਹਿੰਦੇ ਉਹ ਮਨੁੱਖ ਪ੍ਰਭੂ ਦਾ ਰੂਪ ਸੋਈ ਨਿਰੰਝਣ ਦੇਉ ਉਹ ਪਰਮੇਸ਼ਰ ਦਾ ਰੂਪ ਹੋ ਨਿਬੜਦਾ ਕਾਲਪੁਰਖ ਦਾ ਇਸੇ ਕਰਕੇ ਜਿਹਾ ਜ ਆਪਾਂ ਕਈ ਵਾਰੀ ਕਹਿੰਨੇ ਨਾ ਬੜੇ ਮਾਨ ਨਾਲ ਇੱਕ ਰਿਕਸ਼ੇ ਚਲਾਉਣ ਵਾਲੇ ਦਾ ਪੁੱਤ ਆਈਪੀਐਸ ਅਫੀਸਰ ਬਣ ਗਿਆ ਇੱਕ ਜੁੱਤੀਆਂ ਗੰਢਣ ਵਾਲੇ ਦੀ ਧੀ ਜੱਜ ਬਣ ਗਈ ਕੋਈ ਮਨੁੱਖ ਜਿਹੜਾ ਹੈ ਦੂਸਰਿਆਂ ਦੇ ਘਰ ਕੰਮ ਕਰਨ ਵਾਲਾ ਸਾਫ ਸਫਾਈ ਕਰਨ ਵਾਲੇ ਦਾ ਕੋਈ ਬੱਚਾ ਜਿਹੜਾ ਹੈ ਉਹ ਬਹੁਤ ਵੱਡੀ ਪਦਵੀ ਤੇ ਪਹੁੰਚ ਗਿਆ ਤੇ ਮਹਾਰਾਜ ਨੇ ਬੰਧਨ ਤੋੜਿਆ ਜੇ ਵਰਨਵੰਡ ਦੀ ਕਹਾਣੀ ਹੁੰਦੀ ਤੇ ਅੱਜ ਵੀ ਸਿਸਟਮ ਉਹ ਹੀ ਹੁੰਦਾ ਗੁਰੂ ਕਿਰਪਾ ਕਰੇ ਅਸੀਂ ਮਾਲਕ ਦੀਆਂ ਨਬਖਸ਼ਾਂ ਨੂੰ ਸਮਝੀਏ ਔਰ ਉਸ ਦਾਤੇ ਦੇ ਧੰਨਵਾਦ ਵਿੱਚ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀਤੇ ਦਿਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਜਿਸ ਦੀ 15 ਨੰਬਰ ਪੌੜੀ ਦੇ ਨਾਲ ਆਇਆ ਹੋਇਆ ਪੰਜਵਾਂ ਸ਼ਲੋਕ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੀਵਾ ਤੱਗ ਨਾ ਅਖੀ ਵੇ ਤੱਗਾ ਆਪੇ ਵੱਤੈ ਵਟ ਧਾਗੇ ਅਵਰਾ ਕੱਤੈ ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਇਹੋ ਵਿਡਾਨ ਮਨ ਅੰਦਾ ਨਾ ਸੁਝਾਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਤਾਗੇ ਦੀ ਕਿਉਂਕਿ ਲਗਾਤਾਰ ਇੱਕੇ ਵਿਸ਼ਾ ਚੱਲ ਰਿਹਾ ਹੈ ਜੋ ਜਨੇਊ ਦਾ ਤਾਂ ਉਹਨੂੰ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਪਹਿਲੇ ਤਿੰਨ ਸਲੋਕਾਂ ਦੇ ਵਿੱਚ ਸਤਿਗੁਰਾਂ ਨੇ ਵਰਣਨ ਕੀਤਾ ਹੈ ਉੱਥੇ ਇਸ ਚੌਥੇ ਸਲੋਕ ਦੇ ਵਿੱਚ ਵੀ ਮਹਾਰਾਜ ਕਹਿੰਦੇ ਤਗ ਨਾ ਇੰਦਰੀ ਕਹਿੰਦੇ ਅਸਲ ਵਿੱਚ ਜਿੱਥੇ ਧਾਗਾ ਗਲ ਵਿੱਚ ਪਾਇਆ ਨਾ ਕਿੰਦੇ ਪੰਡਿਤ ਨੇ ਆਪਣੇ ਇੰਦਰੀਆਂ ਤੇ ਨਾੜੀਆਂ ਨੂੰ ਇਹੋ ਜਿਹਾ ਜਨੂ ਨਹੀਂ ਪਾਇਆ ਭਾਵੇਂ ਕਿ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕੰਟਰੋਲ ਵਿੱਚ ਕੀਤਾ ਕਿ ਉਹ ਵਿਕਾਰਾਂ ਵਾਲੇ ਪਾਸੇ ਨਾ ਜਾਣ ਔਗਣਾ ਵਾਲੇ ਪਾਸੇ ਨਾ ਜਾਣ ਇਸ ਪਾਸੇ ਨਹੀਂ ਕੀਤਾ ਇਸ ਪਾਸੇ ਨਹੀਂ ਤੁਰਿਆ ਫਿਰ ਕਹਿੰਦੇ ਆ ਕਿ ਭਲਕੇ ਥੁੱਕ ਪਵੇ ਨਿਤ ਦਾੜੀ ਕਹਿੰਦੇ ਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਐ ਪੈਰਾਂ ਨੂੰ ਕਹਿੰਦੇ ਉਹਦੇ ਭਲਕੇ ਥੁੱਕ ਪਵੇ ਨੇ ਦਾੜੀ ਤਾਂ ਪਵੇ ਦਾ ਅਰਥ ਹੀ ਐ ਦਾੜੀ ਥੁੱਕ ਪਵੇ ਦਾ ਭਾਵੇਂ ਬੇਇੱਜ਼ਤ ਹੁੰਦਾ ਓਨੂੰ ਬੇਇੱਜ਼ਤ ਹੋਣਾ ਪੈਂਦਾ ਇਨਾਂ ਚੀਜ਼ਾਂ ਦੇ ਕਰਕੇ ਤਾਂ ਇਸ ਪਾਸਿਓਂ ਹਟਿਆ ਨਹੀਂ ਫਿਰ ਨਾਲ ਕਹਿੰਦੇ ਐ ਕਿ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਆਖੀ ਕਹਿੰਦੇ ਨਾ ਤਾਂ ਉਹਨੇ ਅਜਿਹਾ ਹੱਥਾਂ ਨੂੰ ਜਨੇਉ ਨਹੀਂ ਪਾਇਆ ਕਿ ਉਹ ਮੰਦੇ ਕੰਮ ਨਾ ਕਰਨ ਹੱਥਾਂ ਨੂੰ ਮੰਦੇ ਕੰਮ ਕਰਨੋਂ ਪਰਾਇਆ ਹੱਕ ਖੋਣ ਤੋਂ ਰੋਕਣਾ ਔਰ ਨਾਲ ਅਗਲਾ ਬਚਨ ਕਹਿੰਦੇ ਆ ਕਿ ਤਗ ਨਾ ਜਿਵਾ ਕਹਿੰਦੇ ਫਿਰ ਉਹਨੇ ਇਹਨਾਂ ਪੈਰਾਂ ਨੂੰ ਨਹੀਂ ਪਾਇਆ ਕਿ ਭੇੜੇ ਪਾਸੇ ਨਾ ਜਾਣ ਮੰਦੇ ਪਾਸੇ ਨਾ ਤੁਰਨ ਹੱਥਾਂ ਨੂੰ ਨਹੀਂ ਪਾਇਆ ਮੰਦਾ ਕੰਮ ਨਾ ਕਰਨ ਫਿਰ ਉਹਦੇ ਨਾਲ ਨਾਲ ਜੀਵ ਨੂੰ ਨਹੀਂ ਜਨੇਊ ਪਾਇਆ ਕਿਉਂ ਮੰਦੇ ਕੰਮ ਕਰ ਜੀਵ ਜਿਹੜੀ ਐ ਉਹ ਪ੍ਰਾਈ ਨਿੰਦਾ ਚੁਗਲੀ ਇਹਨਾਂ ਪਿੱਛਾਂ ਚੀਜ਼ਾਂ ਢਟ ਸਕੇ ਅੱਖਾਂ ਨੂੰ ਐਸਾ ਜਨੇਊ ਨਹੀਂ ਪਾਇਆ ਕਿ ਪ੍ਰਾਈ ਸਤਰੀ ਵੱਲ ਤੱਕਣਾ ਪ੍ਰਾਇਆ ਰੂਪ ਤੱਕਣ ਤੋਂ ਹਟ ਜਾਣ ਕਿੰਦੇ ਆਪ ਤਾਂ ਇਹੋ ਜੇ ਜਨੇਊ ਤੋਂ ਵਾਂਝਿਆ ਹੋਇਆ ਪਟਕਦਾ ਹੈ ਵੇ ਤੱਗਾ ਆਪੇ ਵੱੱਤੇ ਪਟਕਰਿਆ ਹੈ ਵੱਟ ਧਾਗੇ ਅਵਰਾ ਕਤੈ ਲੇਕਨ ਧਾਗੇ ਵਟ ਵਟ ਕੇ ਦੂਸਰਿਆਂ ਨੂੰ ਇਹ ਪਾ ਰਿਹਾ ਆਪ ਨਹੀਂ ਪਾਇਆ ਨਾ ਚੀਜ਼ਾਂ ਤੋਂ ਆਪ ਵੀ ਹੋਣਾ ਹੈ ਨਾ ਅੱਖਾਂ ਕੰਟਰੋਲ ਵਿੱਚ ਨੇ ਨਾ ਕੰਨ ਨਾ ਨਾ ਉਹ ਹੱਥ ਨਾ ਪੈਰ ਨਾ ਅੱਖਾਂ ਨਾ ਜੇਬਾ ਕੁਝ ਵੀ ਨਹੀਂ ਨਾ ਹੱਥ ਪਰ ਕਹਿੰਦੇ ਦੂਸਰਿਆਂ ਨੂੰ ਧਾਗੇ ਵਟ ਵਟ ਕੇ ਪਿਆ ਪਾਉਂਦਾ ਹੈ ਹੋਰ ਨਾ ਪਾਉਂਦਾ ਆਪਣੇ ਜਜਮਾਨਾ ਫਿਰ ਅਗਲੀ ਗੱਲ ਕਹਿੰਦੇ ਲੋਭ ਵਿੱਚ ਫਸਿਆ ਹੈ ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ ਲੈ ਢਾੜ ਢਾੜ ਦਾ ਅਰਥ ਇਥੇ ਹੈ ਪਾੜਾ ਜਿਵੇਂ ਆਪਾਂ ਅੱਜ ਕਿਰਾਇਆ ਕਹਿੰਨੇ ਆ ਨਾ ਰੈਂਟ ਕਹਿੰਨੇ ਆ ਜਾਂ ਤੁਸੀਂ ਕਿਸੇ বাস ਵਿੱਚ ਸਫ਼ਰ ਕਰਦੇ ਹੋਰ ਤਾਂ ਉਹ ਕਿਰਾਇਆ ਇਥੇ ਪਹਿਲੇ ਬਜ਼ੁਰਗ ਪਾੜਾ ਕਹਿੰਦੇ ਸਨ ਕਹਿੰਦੇ ਪਾੜਾ ਲੈ ਕੇ ਭਾਵ ਕੇ ਧਨ ਤੋਂ ਬਗੈਰ ਕਿਸੇ ਦੀਆਂ ਲਾਵਾ ਨਹੀਂ ਕਰਾਉਂਦਾ ਸ਼ਾਦੀ ਨਹੀਂ ਕਰਾਉਂਦਾ ਹੁਣ ਤੇ ਸਾਡੇ ਲੋਕਾਂ ਵਿੱਚ ਵੀ ਇਹੋ ਜਿਹਾ ਕੁਝ ਹੋ ਗਿਆ ਉਹ ਦੇ ਧੰਨ ਦਿਓਗੇ ਤੇ ਕਰਾਵਾਂਗੇ ਨਹੀਂ ਤੇ ਨਹੀਂ ਕਰਾਵਾਂਗੇ ਜਦ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਚਨ ਆਖਿਆ ਸਾਈ ਪੁੱਤਰੀ ਤੇਰੀ ਸਾਜ ਜਜਮਾਨ ਕੀ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤਨ ਖਾਦੈ ਤੇਰਾ ਜਨਮ ਗਿਆ ਕਹਿੰਦੇ ਉਹ ਤੇਰੀ ਧੀ ਵਰਗੀ ਹੋਤੀ ਸੀ ਤਾਂ ਕਹਿੰਦੇ ਲੈ ਬਾੜ ਕਰੇ ਵਿਆਹੋ ਲੋਭ ਵਿੱਚ ਹੈ ਉਹਨੂੰ ਉਹਨੂੰ ਤੱਕ ਨਹੀਂ ਪਾਇਆ ਕਿ ਆਪਣੇ ਲੋਭ ਨੂੰ ਕੰਟਰੋਲ ਕਰ ਸਕੇ ਔਰ ਕੱਢ ਕਾਗਲ ਦੱਸੇ ਰਾਹੋ ਕਹਿੰਦੇ ਪੱਤਰੀ ਸੋਧ-ਸੋਧ ਕਿਉਂ ਨਾਂ ਨੂੰ ਰਸਤਾ ਦੱਸਦਾ ਹੈ ਕਾਗਲ ਦਾ ਅਰਥ ਇੱਥੇ ਪੱਤਰੀ ਤੋਂ ਹੈ ਪਵਕੇ ਪੱਤਰੀ ਬਾਚਕੇ ਕੱਢ ਕਾਗਲ ਦੱਸੇ ਰਾਹੋ ਕਹਿੰਦੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕਰ ਰਿਹਾ ਹੈ ਉਹਦੇ ਤੋਂ ਅਗਲਾ ਬਚਨ ਕਹਿੰਦੇ ਹੈ ਹੇ ਲੋਕੋ ਸੁਣੋ ਸੁਣ ਵੇਖੋ ਲੋਕਾ ਕਹਿੰਦੇ ਇਹ ਬਾਤ ਨੂੰ ਧਿਆਨ ਨਾਲ ਵੇਖੋ ਸੁਣ ਵੇਖੋ ਲੋਕਾ ਇਹੋ ਵਿਡਾਨ ਕਹਿੰਦੇ ਬੜੀ ਵਿਡਾਨ ਦਾ ਅਰਥ ਹੁੰਦਾ ਹੈ ਹੈਰਾਨ ਕਰਨ ਵਾਲਾ ਇਹ ਚਰਜ ਤਮਾਸ਼ਾ ਆ ਕਿ ਭਾਈ ਆਪ ਤਾਂ ਮਨੋਂ ਅੰਨਾ ਹੈ ਲੇਕਿਨ ਮਨ ਅੰਦਾ ਨਾਉ ਸੁਜਾਨ ਕਹਿੰਦੇ ਆਪ ਮਨੋਂ ਅੰਦਾ ਪਰ ਆਪਣਾ ਨਾਮ ਰਖਾਇਆ ਹੋਇਆ ਸਿਆਣਾ ਮਨ ਅੰਦਾ ਨਾਉ ਸੁਜਾਨ ਹੈ ਅੰਨਾ ਆ ਲੈਕਿਨ ਆਪਣਾ ਨਾਮ ਸਿਆਣਾ ਰਖਵਾਈ ਬੈਠਾ ਇਹੋ ਜੇ ਕਰਮ ਕਰਦਾ ਹੁਣ ਇਹ ਜਿਹੜੇ ਸਾਬ ਨੇ ਆਖਿਆ ਵੀ ਨਾ ਤੇ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਇਹ ਜਿੰਨੇ ਸ਼ਬਦ ਮਹਾਰਾਜ ਨੇ ਆਖੇ ਕਿ ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਕ ਪਵੈ ਨਾ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤੱਗਾ ਆਪੇ ਬਤੈ ਆਪ ਵੇ ਤੱਗਾ ਇਹਨਾਂ ਚੀਜ਼ਾਂ ਤੋਂ ਭਾਵ ਕੇ ਜਿਹੜੇ ਅਸਲ ਵਿੱਚ ਜਿਨ੍ਹਾਂ ਨੂੰ ਧਾਗਾ ਪਾਉਣਾ ਚਾਹੀਦਾ ਸੀ ਜਿਸ ਚੀਜ਼ ਨੂੰ ਰੋਕਣਾ ਚਾਹੀਦਾ ਸੀ ਜੋ ਧਾਰਨ ਕਰਨ ਵਾਲੀ ਚੀਜ਼ ਸੀ ਸੁਖਮਨੀ ਸਾਹਿਬ ਵਿੱਚ ਇੱਕ ਵਚਨ ਪੜੋਗੇ ਆਪ ਜੀ ਕਲੇ ਕਲੇ ਅੰਗ ਦੀ ਗੱਲ ਕੀਤੀ ਸਹਿਬ ਕਹਿੰਦੇ ਆ ਕਿ ਪਰਤ੍ਰ ਰੂਪ ਨ ਪੇਖੈ ਨੇਤਰ ਸਾਧਕੀ ਟੈਲ ਸੰਤ ਸੰਗ ਹੇਤ ਇਹ ਅੱਖਾਂ ਪਰਾਇਆ ਰੂਪ ਨ ਵੇਖਣ ਕਰਨ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਇਹ ਕਿਸੇ ਦੀ ਨਿੰਦਿਆ ਨਾ ਸੁਣ ਕੰਨ ਇਸ ਚੀਜ਼ ਨਾਲ ਇਸ ਚੀਜ਼ ਦਾ ਆਪਣੇ ਉੱਤੇ ਰੋਕ ਲਾਉਣੀ ਫਿਰ ਮਹਾਰਾਜ ਇੱਕ ਥਾਂ ਤੇ ਕਹਿੰਦੇ ਮਿੱਥਿਆ ਹਸਤ ਪਰ ਦਰਬ ਕੋ ਹਿਰ ਹੈ ਕਹਿੰਦੇ ਇਹ ਕੰਨ ਝੂਠੇ ਜੇ ਪਰਾਏ ਜਦੋਂ ਇਹ ਹੱਥ ਝੂਠੇ ਜੇ ਪਰਾਇਆ ਦਰਬ ਪਰਾਇਆ ਧਨ ਖੋਣ ਲਈ ਤਿਆਰ ਰਹਿੰਦੇ ਮਿੱਥਿਆ ਹਸਤ ਪਰ ਦਰਬ ਕੋ ਹਿਰ ਹੈ ਫਿਰ ਕਹਿੰਦੇ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੇਤ ਵਿਕਾਰਾ ਬਿਨ ਬੁਝੇ ਮਿੱਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਕਹਿੰਦੇ ਦੇਹੀ ਸਫਲ ਹੋ ਸਕਦੀ ਐ ਥਾਂ ਪੈ ਸਕਦੀ ਐ ਜੇ ਕਿਤੇ ਉਸ ਹਰੀ ਦਾ ਉਸ ਪਰਮੇਸ਼ਰ ਦਾ ਨਾਮ ਜਪਣਾ ਕਰੇ ਉਹਦਾ ਨਾਮ ਆਰਾਧਨਾ ਕਰੇ ਨਹੀਂ ਤਾਂ ਨਹੀਂ ਤੁਹਾਾਰਾ ਜੀ ਕਹਿੰਦੇ ਕਿ ਸੁਣ ਵੇਖੋ ਲੋਕਾ ਇਹੋ ਵਿਡਾਨ ਮਨ ਅੰਧਾ ਨਾ ਉਸ ਜਾਣ ਕਹਿੰਦੇ ਤਾਂ ਲੋਭ ਦਾ ਮਾਰਿਆ ਕਿਸੇ ਦੀ ਧੀ ਦਾ ਵੀ ਵਿਆਹ ਕਰਨਾ ਹੈ ਪੜਨਾ ਹੈ ਤਾਂ ਦਾ ਕਿ ਮੈਨੂੰ ਪਾੜਾ ਚਾਹੀਦਾ ਲੈ ਪਾੜ ਕਰੇ ਵਿਆਹੋ ਕੱਢ ਕਾਗਲ ਦੱਸੇ ਰਾਹੋ ਕਹਿੰਦੇ ਪਤਰੀ ਸੋਧ ਸੋਧ ਕੇ ਆਪਣੇ ਵੱਲੋਂ ਫਿਰ ਰਸਤਾ ਦੱਸਦਾ ਤਾਂ ਕਹਿੰਦੇ ਤਾਂ ਬੜੀ ਹਾਸੋਈਣੀ ਬਾਤ ਆ ਕਿ ਸੁਣ ਵੇਖੋ ਲੋਕਾ ਇਹੋ ਵਿਡਾਨ ਕਿੰਦੇ ਤਾਂ ਅਚਰਜ ਤਮਾਸ਼ਾ ਹੈ ਬੜਾ ਹੈਰਾਨ ਕਰਨ ਵਾਲਾ ਕਿ ਮਨ ਅੰਦਾ ਨਵ ਸਜਾਣੇ ਮਹਾਰਾਜ ਨੇ ਉਸ ਵਕਤ ਦੇ ਪੁਜਾਰੀ ਵਰਗ ਦੇ ਉੱਤੇ ਸੱਟ ਮਾਰੀ ਉਹਨਾਂ ਦੇ اخلاق ਦੇ ਵਿੱਚ ਜਿਹੜੀ ਗਿਰਾਵਟ ਆਈ ਹੈ ਜਿਸ ਨੂੰ ਅਸੀਂ ਅੱਜ ਵੀ ਜਦੋਂ ਤੱਕਾਂਗੇ ਵੇਖਾਂਗੇ ਮਹਾਰਾਜ ਨੇ ਉਸ ਵਕਤ ਵੀ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਆਖਿਆ ਕਿ ਭਾਈ ਦੂਸਰਿਆਂ ਦੇ ਗਲਤ ਆ ਪਾਰਿਆ ਹੈ ਲਿਕਨ ਜਿਵੇਂ ਬਾਬਾ ਕਬੀਰ ਜੀ ਦਾ ਸ਼ਲੋਕ ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬੇਰਾਨੀ ਰਾਖ ਤੇ ਖਾਇਆ ਕਰਕਾ ਖੇਤ ਕਿੰਦੇ ਬੇਰਾਨੀ ਰਾਸ ਉਹਦੀ ਤਾਂ ਰਖਵਾਲੀ ਕਰਦਾ ਰਿਹਾ ਲੇਕਿਨ ਆਪਣਾ ਘਰ ਲੁੱਟਿਆ ਗਿਆ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਕਹਿੰਦੇ ਫਿਰ ਹੈ ਕਮਲਾ ਮਨ ਅੰਦਾ ਮਨ ਦਾ ਅੰਨਾ ਹੈ ਲੇਕਿਨ ਆਪਣਾ ਨਾਮ ਜਿਹੜਾ ਹੈ ਉਹ ਸੁਜਾਨ ਰਖਵਾਇਆ ਹੋਇਆ ਹੈ ਸੁਜਾਨਤਾ ਨੂੰ ਪ੍ਰਗਟ ਕਰਦਾ ਹੈ ਕਿ ਮੈਂ ਸੁਜਾਨ ਹਾਂ ਸਿਆਣਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਅਸਲ ਵਿੱਚ ਜਿਹੜਾ ਧਾਗਾ ਆ ਉਹ ਤੂੰ ਆਪਣੇ ਇੰਦਰੀਆਂ ਨੂੰ ਪਾਉਣਾ ਸੀ ਇਹਨਾਂ ਇੰਦਰੀਆਂ ਨੂੰ ਵਸ ਵਿੱਚ ਕਰ ਦੋ ਤਾਂ ਕਿ ਉਸ ਮਾਲਕ ਦੇ ਦਰ ਤੇ ਤੇਰੇ ਇਹ ਇੰਦਰੇ ਜਿਹੜੇ ਨੇ ਉਹ ਸਹਬ ਦੇ ਘਰ ਦੇ ਵਿੱਚ ਪ੍ਰਵਾਣ ਚੜਦੇ ਉਹ ਮਾਲਕ ਦੇ ਘਰ ਦਰ ਦੇ ਵਿੱਚ ਇਹਨਾਂ ਇੰਦਰੀਆਂ ਨੂੰ ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਆਪਣੇ ਵਸ ਵਿੱਚ ਨਹੀਂ ਕਰਦਾ ਇਹ ਇੰਦਰੇ ਤੇਰੇ ਅਨੁਸਾਰੀ ਨਹੀਂ ਹੁੰਦੇ ਤਾਂ ਫਿਰ ਉਸ ਮਾਲਕ ਦੀ ਕਿਉਂਕਿ ਇੰਦਰੀ ਸਵਲ ਨਿਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਫਿਰ ਤਾਂ ਪਰਮਾਰਥ ਵਿੱਚ ਪ੍ਰਵੇਸ਼ ਹੀ ਨਹੀਂ ਹੈ ਤਾਂ ਜਿੱਥੇ ਅਸੀਂ ਬਾਹਰਲੇ ਚਿੰਨ ਜਿਹੜੇ ਬੰਦਾ ਧਾਰਨ ਕਰਦੇਵੇਂ ਮਹਾਰਾ ਨੇ ਇੱਕ ਇੱਕ ਅੰਗ ਦੱਸਿਆ ਬ ਇਹਨਾਂ ਨੂੰ ਇਹਨਾਂ ਔਗਣਾ ਵੱਲੋਂ ਹਟਾ ਤਾਂ ਕਿ ਮਾਲਕ ਦੇ ਦਰ ਤੇ ਤੇਰਾ ਇਹ ਜੀਵਨ ਮੁਕੰਮਲ ਤੌਰ ਤੇ ਉਹ ਸਹਿਬ ਨੂੰ ਵਾਹ ਜਾਏ ਔਰ ਉਹ ਤੈਨੂੰ ਆਪਣੀ ਗੱਲ ਵਕੜੀ ਵਿੱਚ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ